ਮੇਰਾ ਵੀ ਦਿਲ ਕਰਦਾ ਕਿ ਆਉਣ ਵਾਲੀਆਂ ਫਿਲਮਾਂ ਦੇ ਵਿੱਚ ਮੈਂ ਵੀ ਐਵੇਂ ਬਿਲਕੁਲ ਇਹ ਹੁਣ ਚਿੱਟਾ ਦਾੜਾ ਦੇਖ ਕੇ ਸਾਰੇ ਮੈਨੂੰ ਬਾਬੇ ਦਾ ਰੋਲ ਕਿਸ ਦਾ ਰੋਲ, ਲੇਕਿਨ ਜਿਹੜਾ ਕਰੈਕਟਰ ਇੱਥੇ ਮਿਲਿਆ ਇੱਕ ਸਿਆਪਾ ਤੇ ਪਵਨ ਜੀ ਨੇ ਪਾ ਹੀ ਦਿੱਤਾ ਨਾ ਇੰਡਸਟਰੀ ਨੂੰ ਵੀ ਮੈਂ ਤੁਹਾਨੂੰ ਇਹੋ ਜਿਹਾ ਬੰਦਾ ਦੇ ਦਿੱਤਾ ਜਿਹੜਾ ਹੁਣ ਵੀ ਹੀਰੋ ਆ ਸਕਦਾ। ਮੈਂ ਰਿਸ਼ਤੇ ਰੱਖਣ 'ਚ ਜ਼ਿਆਦਾ ਬਿਲੀਵ ਕਰਦਾ, ਕੰਮ ਤਾਂ ਚੱਲਦੇ ਰਹੇ। ਐਕਟਰ ਤਾਂ ਇਹ ਲੋਕ ਨੇ ਜਿਨ੍ਹਾਂ ਨੇ ਸਟੇਜਾਂ ਕੀਤੀਆਂ, ਜਿਨ੍ਹਾਂ ਨੇ PhDs ਕੀਤੀਆਂ ਨੇ, ਇਹ ਐਕਟਰ ਨੇ। ਐਮੀ ਹੋਣੀ ਇਹ ਲੋਕ ਸੋਨਮ ਜੀ, ਮੈਨੂੰ ਐਕਟਰ ਮੰਨਦਾ, ਸਾਡੇ ਵਰਗੇ ਤਾਂ ਐਵੇਂ ਤੇਲ ਵੇਚਦੇ ਅਤੇ ਖੇਤੀ ਕਰਦੇ ਐਕਟਰ ਬਣ ਗਏ। ਮੈਂ ਤਾਂ ਗੁੱਗੂ ਨੂੰ ਕਈ ਵਾਰੀ ਕਹਿੰਦਾ ਹੁੰਦਾ, ਮੈਂ ਕਿਹਾ ਆਪਣੇ ਤਾਂ ਰੱਬ ਮਿਹਰਬਾਨ ਹੈ ਅਤੇ ਕਹਿੰਦਾ ਇਸ ਕਰਕੇ ਪਹਿਲਵਾਨ ਸਵਾਦ ਤਾਂ ਆਉਣਾ ਜਦ ਮੈਂ ਰੋਮੈਂਸ ਕਰਨਾ। ਪਵਨ ਜੀ ਦਾ ਮੈਂ ਬੜਾ ਧੰਨਵਾਦੀ ਹਾਂ ਅਤੇ ਰਾਕੇਸ਼ ਜੀ ਦਾ ਬੜਾ ਧੰਨਵਾਦੀ ਹਾਂ ਕਿ ਇਸ ਫਿਲਮ 'ਚ ਉਹਨਾਂ ਨੇ ਮੈਨੂੰ ਇਹੋ ਜਿਹਾ ਰੋਲ ਦਿੱਤਾ ਹੈ ਕਿ ਮੇਰਾ ਵੀ ਦਿਲ ਕਰਦਾ ਕਿ ਆਉਣ ਵਾਲੀਆਂ ਫਿਲਮਾਂ ਦੇ ਵਿੱਚ ਮੈਂ ਵੀ ਐਮੀ ਵਿਰਕ ਨੂੰ ਇਸ਼ਟ ਕਰ ਸਕਾਂ। ਇਹ ਹੁਣ ਚਿੱਟਾ ਦਾੜਾ ਦੇਖ ਕੇ ਸਾਰੇ ਮੈਨੂੰ ਬਾਬੇ ਦਾ ਰੋਲ ਕਿਸ ਦਾ ਰੋਲ, ਲੇਕਿਨ ਜਿਹੜਾ ਕਰੈਕਟਰ ਇੱਥੇ ਮਿਲਿਆ ਇੱਕ ਸਿਆਪਾ ਤੇ ਪਵਨ ਜੀ ਨੇ ਪਾ ਹੀ ਦਿੱਤਾ ਨਾ ਇੰਡਸਟਰੀ ਨੂੰ ਵੀ ਮੈਂ ਤੁਹਾਨੂੰ ਇਹੋ ਜਿਹਾ ਬੰਦਾ ਦੇ ਦਿੱਤਾ ਜਿਹੜਾ ਹੁਣ ਵੀ ਹੀਰੋ ਆ ਸਕਦਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਔਰ ਬੜੇ ਬੜੇ ਡਾਇਰੈਕਟਰਾਂ ਨਾਲ, ਐਕਟਰਾਂ ਨਾਲ, ਪ੍ਰੋਡਿਊਸਰਾਂ ਨਾਲ ਕੰਮ ਕੀਤਾ, ਪਰ ਜ਼ਰਾ ਨਵਾਜ਼ੀ ਹੈ ਇਹਨਾਂ ਪਵਨ ਜੀ ਦੀ ਕਿ ਇਹੋ ਜਿਹਾ ਇਨਸਾਨ ਕਦੇ ਕਦੇ ਤੁਹਾਨੂੰ ਮਿਲਦਾ ਹੈ। ਅਤੇ ਮੈਂ ਰਿਸ਼ਤੇ ਰੱਖਣ 'ਚ ਜ਼ਿਆਦਾ ਬਿਲੀਵ ਕਰਦਾ, ਕੰਮ ਤਾਂ ਚੱਲਦੇ ਰਹਿੰਦੇ ਨੇ। ਸੋ ਬੜੀ ਖਵਾਹਿਸ਼ ਮੇਰੀ ਜ਼ਿੰਦਗੀ 'ਚ ਰਹਿੰਦੀ ਸੀ ਕਿ ਮੈਂ ਐਕਟਰ ਬਣਾਂ, ਕਿਉਂਕਿ ਕ੍ਰਿਕਟ ਮੇਰੇ ਪੱਲੇ ਰਹੀ ਨਹੀਂ। ਤਾਂ ਅੱਜ ਐਮੀ ਜੀ ਨੇ ਸਵਾਲ ਪੁੱਛਿਆ ਸੀ, ਪਰ ਉਹ ਮੈਂ ਤੁਹਾਡੇ ਨਾਲ ਸਾਂਝਾ ਤਾਂ ਕਰਨ ਲੱਗਿਆ ਕਿ ਅੱਜ ਵੀ ਮੈਂ ਇਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ। ਮੈਂ ਇਹਨਾਂ ਤੋਂ ਬਹੁਤ ਕੁਝ ਸਿੱਖਦਾ, ਟੂ ਬੀ ਵੈਰੀ ਓਨੈਸਟ। ਆਈ ਵਾਜ਼ ਨੈਵਰ ਐਨ ਐਕਟਰ, ਮੈਂ ਅੱਜ ਵੀ ਐਕਟਰ ਨਹੀਂ ਹਾਂ, ਅੱਜ ਵੀ ਇੱਕ ਸਟੂਡੈਂਟ ਹਾਂ। ਹਾਂ, ਮੇਰਾ ਉਹ ਕੰਮ ਹੈ ਕਿ ਉਹ ਬੰਦਾ ਯਵੜੀਆਂ ਮਾਰਦਾ ਨਾ ਤਾਂ ਲੋਕ ਕਹਿੰਦੇ ਬੜੀ ਸਿਆਣੀ ਗੱਲ ਕਰਦਾ ਹੈ ਨਾ, ਅਤੇ ਉਹ ਧੂੜ 'ਚ ਟੱਟੂ ਭੱਜ ਰਿਹਾ, ਅਤੇ ਗੁਰੂ ਦੀ ਕਿਰਪਾ ਲੋਕਾਂ ਨੂੰ ਐਂ ਲੱਗਦਾ ਵੀ ਡਰਬੀ ਦਾ ਘੋੜਾ। ਇਹ ਤੁਹਾਡੇ ਸਾਰਿਆਂ ਦੀ ਨਜ਼ਰ ਦਾ ਨਵਾਜ਼ੀ ਹੈ, ਇਹਨਾਂ ਦਾ ਪਿਆਰ ਹੈ ਇੰਡਸਟਰੀ ਦਾ ਪਿਆਰ ਹੈ, ਟੂ ਬੀ ਵੈਰੀ ਓਨੈਸਟ। ਐਕਟਰ ਤਾਂ ਇਹ ਲੋਕ ਨੇ ਜਿਨ੍ਹਾਂ ਨੇ ਸਟੇਜਾਂ ਕੀਤੀਆਂ, ਜਿਨ੍ਹਾਂ ਨੇ PhDs ਕੀਤੀਆਂ ਨੇ, ਇਹ ਐਕਟਰ ਨੇ। ਐਮੀ ਹੋਣੀ ਇਹ ਲੋਕ ਸੋਨਮ ਜੀ, ਮੈਨੂੰ ਐਕਟਰ ਮੰਨਦਾ, ਸਾਡੇ ਵਰਗੇ ਤਾਂ ਐਵੇਂ ਤੇਲ ਵੇਚਦੇ ਅਤੇ ਖੇਤੀ ਕਰਦੇ ਐਕਟਰ ਬਣ ਗਏ। ਮੈਂ ਤਾਂ ਗੁੱਗੂ ਨੂੰ ਕਈ ਵਾਰੀ ਕਹਿੰਦਾ ਹੁੰਦਾ, ਮੈਂ ਕਿਹਾ ਆਪਣੇ ਤਾਂ ਰੱਬ ਮਿਹਰਬਾਨ ਹੈ ਅਤੇ ਕਹਿੰਦਾ ਇਸ ਕਰਕੇ ਪਹਿਲਵਾਨ ਹੈ। ਸੋ ਇਹ ਫੈਕਟ ਹੈ, ਬਟ ਟੂ ਬੀ ਵੈਰੀ ਓਨੈਸਟ, ਥੈਂਕ ਯੂ ਸੋ ਮੱਚ ਆਲ ਦਾ ਪ੍ਰੋਡਿਊਸਰ ਲਾਈਕ ਪਵਨ ਐਂਡ ਆਲ ਦੀ ਇੰਡਸਟਰੀ ਕਿ ਮੈਨੂੰ ਵੀ ਛੋਟਾ ਮੋਟਾ ਐਕਟਰ ਬਣ ਗਿਆ, ਪਰ ਮੈਂ ਸਵਾਦ ਤਾਂ ਆਉਣਾ ਜਦ ਮੈਂ ਰੋਮੈਂਸ ਕਰਨਾ। ਅਤੇ ਰੋਮੈਂਸ ਮੈਂ ਨਾ ਤੁਹਾਨੂੰ ਧਰਮ ਨਾਲ ਕਹਿੰਦਾ, ਅੱਜ ਵੀ ਇਹੋ ਜਿਹਾ ਕਰਦਾ ਕਿ ਸਕਰੀਨ ਦੇ ਕੁੜੀ ਦੇ ਵਿੱਚੋਂ ਨਿਕਲ ਸਕਦਾ, ਬੁਰਾ ਨਹੀਂ ਮੰਨਦਾ। ਸੋ ਇਹ ਗੱਲ ਪਹਿਲਾਂ ਵੀ ਕੀਤੀ ਸੀ, ਮੈਨੂੰ ਕਰਦੇ ਸੀ ਗੱਲ, ਕਹਿੰਦੇ ਜਦੋਂ ਪਹਿਲੀ ਵਾਰੀ ਰੋਮੈਂਸ ਕਰਨ ਲੱਗਿਆ ਤੇ ਮੈਨੂੰ ਪਤਾ ਨਹੀਂ ਸੀ, ਕਹਿੰਦੇ ਮੈਨੂੰ ਡਰ ਲੱਗਿਆ ਵੀ ਮੈਂ ਕਹਾਂ ਵੀ ਮੈਂ ਕਰਦਾਂਗਾ, ਇਹ ਕਰਦਾਂਗਾ, ਇੱਦਾਂ ਦੇ ਰੋਲ ਕੀਤੇ। ਤੇ ਕਹਿੰਦੇ ਜਦੋਂ ਹੀਰੋਇਨ ਆਈ ਸਾਹਮਣੇ ਰੋਮੈਂਟਿਕ ਗਾਣਾ ਸ਼ੂਟ ਕਰਨ ਲੱਗੇ, ਕਹਿੰਦੇ ਮੈਨੂੰ ਪਸੀਨਾ ਆਉਣ ਲੱਗ ਪਿਆ, ਮੈਂ ਹੁਣ ਇਹ ਕਰਾਂਗੀ। ਕਹਿੰਦੇ ਰੋਮੈਂਸ ਤਾਂ ਮੈਨੂੰ ਪਤਾ ਨਹੀਂ ਸੀ, ਮੈਂ ਕਰੇ ਕੁੜੀ ਨੂੰ ਅੱਜ ਫੜ ਅੱਜ ਫੜ, ਕਹਿੰਦੇ ਮੈਨੂੰ ਸੋਹ ਦੀ ਕੁੜੀ, ਮੈਂ ਨੀਲ ਪਾਤ ਕੇ ਉਹ ਕਰੇ ਕੁੜੀ ਦੀ ਵੇਖੀ ਹੀਰੋਇਨ, ਕਹਿੰਦੀ ਕਹਿੰਦਾ ਵੇਖੀ ਹੈ ਜੀ, ਕਹਿੰਦੇ ਕਦੇ ਕੋਈ ਰੋਮੈਂਸ ਵਾਲੀ ਤੇਰੇ ਦਿਮਾਗ 'ਚ ਗੱਲ ਨਹੀਂ ਆਈ, ਕਹਿੰਦੇ ਵੇਖੀ ਕਰੀ ਹੈ ਜੀ, ਕਹਿੰਦੇ ਤੂੰ ਬੰਦਾ ਬਣ ਕਰੀ ਕੀ ਆਉਂਦਾ। ਬਹੁਤ ਵਧੀਆ ਲੱਗਿਆ, ਐਮੀ ਜੀ ਨਾਲ ਮੇਰੀ ਗੱਲ ਹੋ ਰਹੀ ਸੀ। ਸੋ ਉਹ ਵਿਦਿਆ ਸ਼੍ਰੀ ਜੀ, ਥੈਂਕ ਯੂ ਵੈਰੀ ਮੱਚ ਐਂਡ ਥੈਂਕ ਯੂ ਸੋ ਮੱਚ। ਬਟ ਵੰਸ ਅਗੇਨ ਸਰ, ਮੈਨੂੰ ਵੀ ਬਖਸ਼ੀਸ਼ ਦੇਣਾ ਕਿ ਮੈਂ ਨਾ ਹੀਰੋ ਬਣਨਾ ਤੁਹਾਡੇ ਨਾਲ। ਸਰ ਜੀ ਸਰ, ਥੈਂਕ ਯੂ ਸੋ ਮੱਚ, ਥੈਂਕ ਯੂ, ਇਟਸ ਅ ਲਵਲੀ ਮੂਵੀ। ਇਹੋ ਜਿਹੀ ਪਿਕਚਰ ਹੈ, ਮੈਂ ਦੱਸ ਨਹੀਂ ਸਕਦਾ। ਜਦ ਮੈਂ ਆਪਣੇ ਆਪ ਨੂੰ ਦੇਖ ਰਿਹਾ ਸੀ, ਡਬਿੰਗ ਕਰ ਰਿਹਾ ਸੀ, ਮੈਂ ਕਿਹਾ ਯਾਰ ਤੂੰ ਐਂ ਨਹੀਂ ਕਰ ਸਕਦਾ। ਬਟ ਮੈਨੂੰ ਪਵਨ ਜੀ ਦਾ ਫੋਨ ਆਇਆ ਰਾਤ ਨੂੰ, ਅਤੇ ਮੈਨੂੰ ਇਹ ਜੋ ਕੁਛ ਇਹਨਾਂ ਨੇ ਮੈਨੂੰ ਕਿਹਾ ਬੋਲਿਆ, ਮਤਲਬ ਉਹ 5-10-15 ਮਿੰਟ, ਅਤੇ ਮੈਨੂੰ ਐਂ ਲੱਗਿਆ ਕਿ ਵਾਕਈ ਮੈਂ ਨਾ ਥੋੜ੍ਹਾ ਬਹੁਤ ਐਕਟਰ ਬਣ ਗਿਆ। ਥੈਂਕ ਯੂ ਸੋ ਮੱਚ ਪਵਨ ਜੀ, ਥੈਂਕ ਯੂ ਆਲ ਆਫ ਯੂ, ਗੋਡ ਬਲੈਸ। ਮੈਨੂੰ ਲੱਗਦਾ 100 ਕਰੋੜ ਆਪਣੀਆਂ ਬੋਰੀਆਂ ਭਰ ਕੇ ਜਾਊਗੀ।